ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪਸ ਅਤੇ ਇਹ ਜਿਹੜੀ ਜੋੜੀ ਮੇਰੇ ਸਾਹਮਣੇ ਬੈਠੀ ਹੈ ਨਾ, ਬਹੁਤ ਹੀ ਡਿਫਰੈਂਟ ਕਨਸੈਪਟ ਲੈ ਕੇ ਆ ਰਹੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ। ਅਤੇ ਆਓ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਅਤੇ ਜਾਣਦੇ ਹਾਂ ਇਸ ਕਨਸੈਪਟ ਬਾਰੇ ਅਤੇ ਆਉਣ ਵਾਲੀ ਮੂਵੀ ਊੜਾ ਐੜਾ ਦੇ ਬਾਰੇ। ਜੀ, ਮੇਰੇ ਨਾਲ ਨੇ ਫਿਲਮ ਦੇ ਡਾਇਰੈਕਟਰ ਸ਼ਿਤਿਜ ਚੌਧਰੀ ਅਤੇ ਮੇਰੇ ਨਾਲ ਨੇ ਨਰੇਸ਼ ਕਥੂਰੀਆ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਗਰੂਪਸ 'ਤੇ। ਮਿਹਰਬਾਨੀ ਜੀ। ਅਤੇ ਅੱਛਾ, ਆਪਾਂ ਸ਼ੁਰੂਆਤ ਕਰਦੇ ਹਾਂ ਇਸ ਪੋਸਟਰ ਤੋਂ ਭਾਅ ਜੀ। ਜਦੋਂ ਆਪਾਂ ਪੋਸਟਰ ਦੇਖੀ ਦਾ ਨਾ, ਇਹ ਜਿਹੜੇ ਉੱਪਰ ਦੋ ਬੈਨਰ ਦੇਖੀ ਨੇ ਤੁਹਾਡੇ ਦੋਵਾਂ ਦੇ, ਇਸ ਬੌਂਡ ਨੂੰ ਡਿਸਕ੍ਰਾਈਬ ਕਰੋ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ। ਸਾਡੇ ਪਿਛਲੀ ਫਿਲਮਾਂ ਨੂੰ ਆਪਾਂ ਨਾਮ ਲੈ ਦਿੰਦੇ ਹਾਂ ਖਾਲੀ, ਬਹੁਤ ਮਜ਼ਾਦਾਰ। ਹਾਂਜੀ, ਜੋ ਸਾਡੀ ਇਕੱਠਿਆਂ ਦੀ ਜਰਨੀ ਹੈਗੀ ਹੈ, ਜੱਟ ਸਿੰਘ ਗੋਲਮਾਲ, ਬਿਲਕੁਲ, ਮਿਸ ਚੈਨਲ ਮਿਸੀ 421, ਵੀਕ ਬਰਾਤਾਂ ਚੱਲੀਆਂ, 428 ਰਿਟਰਨਸ, ਅਤੇ ਹੁਣ ਪੰਜਵੀਂ ਫਿਲਮ ਸਾਡੀ ਇਕੱਠਿਆਂ ਦੀ ਊੜਾ ਐੜਾ। ਡਿਸਕ੍ਰਿਪਸ਼ਨ ਕਾਫੀ ਹੈ। ਬਿਲਕੁਲ। ਅਤੇ ਸਰ, ਇੱਕ ਜਿਹੜਾ ਇਹ ਬੌਂਡ ਹੁੰਦਾ ਨਾ ਡਾਇਰੈਕਟਰ ਅਤੇ ਰਾਈਟਰ ਦੇ ਵਿੱਚ, ਇਹ ਬਹੁਤ ਹੀ ਜ਼ਰੂਰੀ ਹੁੰਦਾ ਇੱਕ ਫਿਲਮ ਨੂੰ ਹਿੱਟ ਕਰਨ ਵਾਸਤੇ। ਅਤੇ ਮਤਲਬ ਹੁਣ ਤਾਂ ਕਦੀ ਐਸੀ ਕੋਈ ਪ੍ਰੋਬਲਮ ਆਈ ਨਹੀਂ ਹੋਣੀ, ਹੁਣ ਤਾਂ ਇੱਕ ਕੌਨਫੀਡੈਂਸ ਲੈਵਲ ਬਿਲਡਅਪ ਹੋ ਗਿਆ ਹੋਣਾ ਕਿ ਹਾਂ ਹੁਣ ਤੱਕ ਕੋਈ ਵੀ ਕੰਸੈਪਟ ਲੈ ਕੇ ਆਈ ਆਪਣੇ ਅੰਦਰ ਇੱਕ ਸੈਲਫ ਕੌਨਫੀਡੈਂਸ ਹੈਗਾ ਕਿ ਨਹੀਂ ਇਸ 'ਤੇ ਖਰੇ ਉੱਤਰਨਾ ਹੀ ਉੱਤਰਨਾ। ਅਤੇ 3 ਦਿਨ ਰਹਿ ਗਏ ਫਿਲਮ ਦੇ ਵਿੱਚ, ਇਸ ਫਿਲਮ ਦੇ ਕੰਸੈਪਟ ਬਾਰੇ ਦੱਸੋ ਫਿਰ ਕਿੱਦਾਂ ਸ਼ੁਰੂਆਤ ਹੋਈ। ਸਬਜੈਕਟ ਤਾਂ ਚਲੋ ਸੋਸਾਇਟੀ ਦੇ ਵਿੱਚ ਤੁਸੀਂ ਅਸੀਂ ਸਾਰੇ ਹੀ ਦੇਖਦੇ ਹਾਂ। ਹਾਂਜੀ, ਕਿ ਸਾਡੇ ਇੱਥੇ ਜਿਹੜਾ ਪੰਜਾਬੀ ਨਾਲ ਜ਼ਿਕਰ ਕੀਤਾ ਜਾਂਦਾ, ਬਿਲਕੁਲ ਪੰਜਾਬੀ ਬੋਲਣਾ, ਹਾਂਜੀ, ਬਿਲੋ ਸਟੈਂਡਰਡ ਸਮਝਿਆ ਜਾਂਦਾ। ਅਸੀਂ ਆਪ ਹੀ ਕਰਦੇ ਹਾਂ। ਹਾਂਜੀ, ਬਿਲਕੁਲ ਸੋਸਾਇਟੀ ਕਰਦੇ ਘਰ 'ਚ, ਅਤੇ ਆਪਾਂ ਨੂੰ ਆਪਾਂ ਅੰਗਰੇਜ਼ੀ ਨੂੰ ਪਹਿਲ ਦਿੰਦੇ ਹਾਂ ਕਿ ਅੰਗਰੇਜ਼ੀ ਬੋਲਣਾ, ਅੰਗਰੇਜ਼ੀ ਅਤੇ ਲਿਖਣਾ ਪੜ੍ਹਨਾ, ਇਹ ਅੱਜ ਦੀ ਸੋਸਾਇਟੀ 'ਚ ਹਾਈ-ਫਾਈ ਬਣਦਾ ਜਾਂਦਾ ਪੰਜਾਬੀ ਨੂੰ ਬਿਲੋ ਸਟੈਂਡਰਡ ਕਰਨ 'ਚ। ਆਪਾਂ ਲੋਕ ਜੇ ਆਪਦੇ ਨੂੰ ਪੰਜਾਬੀ ਕਹਿੰਦੇ ਵੀ ਨਹੀਂ ਤਾਂ ਉਹ ਇੰਗਲਿਸ਼ 'ਚ ਲਿਖ ਕੇ ਲਾਉਂਦੇ ਨੇ, ਪ੍ਰਾਊਡ ਵੀ ਪੰਜਾਬੀ ਹੈ ਨਾ, ਉਹ ਵੀ ਪੰਜਾਬੀ 'ਚ ਨਹੀਂ ਲਿਖਿਆ ਹੁੰਦਾ ਕਿਸੇ ਨੇ, ਪੰਜਾਬੀ ਹੋਣ 'ਤੇ ਮਾਣ ਸੀ, ਇਹ ਕਿਸੇ ਨੇ ਨਹੀਂ ਲਿਖਿਆ ਹੋਣਾ ਅੱਜ ਕਿਸੇ ਆਪਦੀ ਗੱਡੀ 'ਤੇ, ਸਭ ਨੇ ਅੰਗਰੇਜ਼ੀ 'ਚ ਲਿਖਿਆ ਜਿਨ੍ਹਾਂ ਨੇ ਲਿਖਿਆ। ਤਾਂ ਆਪਾਂ ਦਿਖਾਵੇ ਵਾਲੀ ਪੰਜਾਬੀ ਕਿਉਂ ਬੋਲਣਾ ਬਣਨਾ ਕਿ ਸਿਰਫ ਕਹਿਣ ਤੋਂ ਪੰਜਾਬੀ ਹੈ। ਉਸ ਮੁੱਦੇ 'ਤੇ ਫਿਲਮ ਬਣਾਉਣ ਦਾ ਇੱਕ ਕਹਾਣੀ ਦਿਮਾਗ 'ਚ ਆਈ ਸੀ 2012 ਦੇ ਵਿੱਚ, ਅਤੇ ਜਦੋਂ ਅਸੀਂ ਫਿਲਮਾਂ ਸਟਾਰਟ ਕੀਤੀਆਂ ਦੋਨਾਂ ਨੇ ਇਕੱਠਿਆਂ ਨੇ, ਪਹਿਲੀਆਂ ਦੋ ਫਿਲਮਾਂ ਠੀਕ ਗਈਆਂ, ਜੱਟ ਸਿੰਘ ਗੋਲਮਾਲ 420 ਦੀ, ਬਟ ਕਿਤੇ ਨਾ ਕਿਤੇ ਉਦੋਂ ਪੰਜਾਬੀ ਕਾਮੇਡੀ ਫਿਲਮ ਫਲੋਪ ਬਹੁਤ ਹੋ ਰਹੀ ਸੀ ਉਹਨਾਂ ਨੇ ਜੀ। ਇਹ ਗੱਲ ਕਰ ਰਿਹਾ 2014-15। ਹਾਂਜੀ, ਹੈ ਨਾ, ਅਤੇ ਸਾਨੂੰ ਉਦੋਂ ਇਹੀ ਹੁੰਦਾ ਸੀ, ਅਸੀਂ ਅਗਲੀ ਫਿਲਮ ਬਹੁਤ ਲੇਟ ਸਟਾਰਟ ਕੀਤੀ ਦੋਵਾਂ ਨੇ। ਸਾਡੀ ਪਹਿਲੀ ਗੋਲਮਾਲ ਆਈ 2013 'ਚ, 420 ਇਕੱਠਿਆਂ ਦੀ ਆਈ 2014, ਅਸੀਂ 2-1.5-2 ਸਾਲ ਫਿਲਮ ਨਹੀਂ ਬਣਾਈ ਇਕੱਠਿਆਂ ਦੀ। ਤਾਂ ਉਦੋਂ ਟੈਂਸ਼ਨ ਇਹੀ ਸੀ ਵੀ ਕਾਮੇਡੀ ਫਿਲਮਸ ਨੂੰ ਲੈ ਕੇ ਲੋਕਾਂ ਦੇ ਦਿਮਾਗ 'ਚ ਆ ਗਿਆ, ਚੰਗੀ ਫਿਲਮ ਵੀ ਬਣਾਈ ਨਾ ਜੀ, ਤਾਂ ਲੋਕਾਂ ਨੇ ਉਹਨੂੰ ਉਹਦਾ ਉਹਨੂੰ ਵੱਡਾ ਬਣਾਉਂਦੇ ਬਣਾਉਂਦੇ ਬਹੁਤ ਟਾਈਮ ਲਾ ਦਿੰਦਾ ਜੀ। ਸ਼ੁਰੂਆਤ ਇੰਨੀ ਛੋਟੇ ਲੈਵਲ 'ਤੇ ਹੁੰਦੀ ਸੀ ਫਿਲਮ ਦੀ ਕਿ ਕਾਮੇਡੀਜ਼ ਦੇ ਨਾਮ 'ਤੇ ਗੰਦ ਬਹੁਤ ਪੈ ਗਿਆ ਸੀ। ਬਿਲਕੁਲ, ਇਹ ਸਾਡੀ ਪੰਜਾਬੀਆਂ ਦੀ ਆਦਤ ਹੈ ਨਾ, ਐਕਚੁਅਲੀ ਜਿਹੜੇ ਕੰਮ ਦੇ ਪਿੱਛੇ ਪੈ ਜਾਓ ਤਾਂ ਫਿਰ ਉਹਨੂੰ ਖਤਮ ਕਰਕੇ ਹੱਟਦੇ ਨੇ। ਜਿਵੇਂ ਕਿਸੇ ਟਾਈਮ ਸਫੇਦੇ ਲਾਉਣੇ ਸ਼ੁਰੂ ਕੀਤੇ ਲੋਕਾਂ ਨੇ, ਉਹਨਾਂ ਤਾਂ ਸਾਰਿਆਂ ਨੇ ਸਫੇਦੇ ਲਾਉਣੇ ਸ਼ੁਰੂ ਕਰਤੇ। ਬਿਲਕੁਲ, ਸੇਮ ਫਿਲਮ ਵਾਲਾ ਕੰਮ ਹੋਇਆ ਸੀ, ਫਿਰ ਟਰੱਕ ਵਾਲਾ ਹੋਇਆ ਨਾ। ਹਾਂਜੀ ਹਾਂਜੀ, ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਸਾਰਿਆਂ ਨੇ ਪਾ ਲਿਆ, ਫਿਰ ਐਸਟੀਡੀ ਵਾਲਾ ਹੋਇਆ, ਘਰ ਘਰ 'ਚ ਐਸਟੀਡੀਆਂ ਖੁੱਲ੍ਹ ਗਈਆਂ। ਫਿਲਮਾਂ ਦਾ ਹਾਲ ਹੋ ਗਿਆ ਸੀ, ਵਿਆਹ ਵਾਲੀ ਫਿਲਮ ਆਈ ਹੈ ਤੇ ਬਸ ਵਿਆਹ ਦਾ ਵੀ ਹੋਈ ਹੋਇਆ, ਦਸ ਸਾਲ ਫਿਲਮਾਂ ਦਾ ਹੁਣ ਜਿਵੇਂ ਵਿਆਹਾਂ ਦੇ ਉੱਤੇ। ਤਾਂ ਫਿਰ ਸਾਡਾ ਅਸੀਂ ਬੈਠ ਕੇ ਅਸੀਂ ਇਕੱਠੇ ਹੀ ਡਿਸਕਸ ਹੁੰਦਾ ਸਾਡਾ ਬੰਬੇ ਫਲੈਟ ਆਉਣ ਗੁਆਂਢ 'ਚ ਸਾਡਾ। ਹਾਂਜੀ, ਸ਼ਾਮੀ ਇਕੱਠੇ ਬਹਿ ਰਹੇ ਹਾਂ ਕਿ ਫਿਲਮ ਜੇ ਬਣਾਈਏ ਤਾਂ ਕੋਈ ਇਹੋ ਹੀ ਬਣਾਈ ਜਿਹਨੂੰ ਘੱਟੋ ਘੱਟ ਜਿਹੜੀ ਡਿਫਰੈਂਟ ਲੱਗੇ, ਲੋਕ ਕਹਿਣਗੇ ਇਹ ਵੱਖ ਹੈ ਬਾਕੀਆਂ ਤੋਂ। ਤਾਂ ਜਿਹੜਾ ਸਾਡਾ ਜਿਸ 'ਚ ਸਾਡੀ ਮਾਸਟਰੀ ਹੈਗੀ ਦੋਵਾਂ ਦੀ ਕਾਮੇਡੀ ਵਿੱਚ, ਕਾਮੇਡੀ ਫਿਲਮ ਬਣਾ ਲਈਆਂ ਸੀ, ਤਾਂ ਉਹ ਵੀ ਰਹੇ। ਤਾਂ 420 ਤੋਂ ਬਾਅਦ ਅਸੀਂ 1.5-2 ਸਾਲ ਦਾ ਗੈਪ, ਆਲਮੋਸਟ 2.5 ਸਾਲ, ਸਾਡੀ ਪਹਿਲੀ 2014 ਮਾਰਚ 'ਚ ਆਈ ਸੀਗੀ 420, ਅਤੇ ਜੁਲਾਈ 2017 'ਚ ਆਈ ਹੈ, 3.5 ਸਾਲ ਬਾਅਦ ਵੇਖ ਬਰਾਤਾਂ ਚੱਲੀ ਸੀ, ਬਰਾਤਾਂ ਚੱਲੀਆਂ ਜੀ। ਇੰਨਾ ਟਾਈਮ ਲੱਗਿਆ, ਫਿਰ ਅਸੀਂ ਉਹ ਮੁੱਦੇ ਦੇ ਨਾਲ ਆਏ ਇੱਕ। ਹਾਂਜੀ, ਹੈ ਨਾ, ਕਿ ਮੁੱਦਾ ਵੀ ਸੀਗਾ ਅਤੇ ਹਾਸੇ ਵੀ ਸੀਗੇ, ਨਾ ਤਾਂ ਕਿਤੋਂ ਹਾਸੇ ਘਟੇ ਨਾ ਕਿਤੇ ਮੁੱਦਾ ਛੱਡਿਆ ਛੱਡਿਆ। ਸੇਮ ਉਸ ਬਾਅਦ ਉਹਨੇ ਸਾਡੀ 420 ਰਿਟਰਨਸ, ਉਹ ਤਾਂ ਜਦੋਂ ਇੱਕ ਕਾਮੇਡੀ ਫਿਲਮ ਦਾ ਸਿਕਵਲ ਸੀਗਾ ਜੀ, ਪਰ ਉਹਦੇ 'ਚ ਅਸੀਂ ਮੈਸੇਜ ਦਿੱਤਾ ਇੱਕ। ਐਗਜ਼ੈਕਟਲੀ, ਬਹੁਤ ਸਾਈਡ 'ਤੇ ਨਹੀਂ ਜਾ ਸਕਦੀ ਸੀ, ਤਾਂ ਵੀ ਉਹਦੇ 'ਚ ਜਿੰਨਾ ਕੁ ਮੈਸੇਜ ਉਹ 'ਚ ਕੈਰੀ ਕਰ ਸਕਿਆ ਸੀ, ਆਡੀਅੰਸ ਨੇ ਇਨਫੈਕਟ ਪਸੰਦ ਵੀ ਬਹੁਤ ਕੀਤਾ, ਨਸ਼ਾ ਦਾ ਮੈਸੇਜ ਜਿੰਨਾ ਕੁ ਅਸੀਂ ਉਹ 'ਚ ਦੇ ਸਕੇ ਦਿੱਤਾ ਉਸ ਫਿਲਮ ਦੇ ਵਿੱਚ ਜੀ। ਤਾਂ ਬਟ ਹੁਣ ਨੈਕਸਟ ਉਸ ਤੋਂ ਸਾਡਾ ਪਲੈਨ ਇਹ ਸੀ ਕਿ ਜੋ ਵੀ ਫਿਲਮ ਬਣਾਵਾਂਗੇ ਅਸੀਂ ਇੱਕ ਮੁੱਦਾ ਲੈ ਕੇ ਚੱਲਾਂਗੇ ਹਮੇਸ਼ਾ ਹੀ। ਤਾਂ ਫਿਰ ਇਹ ਮੁੱਦਾ ਚੱਕਿਆ, ਸਭ ਤੋਂ ਵੱਡਾ ਮੁੱਦਾ, ਇਸ ਤੋਂ ਵੱਡਾ ਮੁੱਦਾ ਹੀ ਸੀ ਦਾ ਜਿਹਦਾ ਖਾਈ ਜਾਂਦੇ ਬੈਠੇ ਸੀ ਅੱਜ, ਹੈ ਨਾ, ਅਤੇ ਇਹਦਾ ਦਿਨਾਂ ਤੱਕ ਦੇ ਨਹੀਂ ਸਕਦੇ, ਬਟ ਇੱਕ ਛੋਟੀ ਜਿਹੀ ਸਾਡਾ ਦੋਹਾਂ ਦਾ ਉਪਰਾਲਾ ਹੈਗਾ ਦੋਹਾਂ ਇਕੱਠਿਆਂ ਦਾ, ਤਾਂ ਅਸੀਂ ਮਾਂ ਬੋਲੀ 'ਤੇ ਫਿਲਮ ਬਣਾਈ ਬੜਾ ਜਿਹੜਾ। ਤਾਂ
ਥੈਂਕਸ ਸਾਡੇ ਜਿਹੜੇ ਇਨਵੈਸਟਰਸ ਨੇ ਜਿਨ੍ਹਾਂ ਨੇ ਬਿਲੀਵ ਕੀਤਾ, ਦੀਪਕ ਗੁਪਤਾ ਜੀ, ਰੂਪਾਲੀ ਗੁਪਤਾ ਜੀ, ਇਹੋ ਜਿਹੇ ਮੁੱਦੇ 'ਤੇ ਪੈਸਾ ਲਵਾਂ ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ, ਕੋਈ ਨਹੀਂ ਛੇਤੀ ਮੰਨਦਾ ਜੀ, ਡਰਦੇ ਨੇ, ਰਿਸਕ ਹੈ ਕਿ ਸਾਡੇ ਹਜੇ ਇਸੇ, ਮੈਂ ਇਸੇ ਗੱਲ 'ਤੇ ਆਉਣ ਲੱਗਾ ਸੀ ਸਰ, ਕਿਉਂਕਿ ਜਦੋਂ ਵੀ ਆਪਾਂ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਫਿਲਮ ਲੈ ਕੇ ਆਉਂਦੇ ਹਾਂ, ਖਾਸ ਕਰਕੇ ਇੱਕ ਨਵਾਂ ਕਨਸੈਪਟ ਲੈ ਕੇ ਆਉਂਦੇ ਹਾਂ, ਅਤੇ ਐਜ਼ ਅ ਮਤਲਬ ਪ੍ਰੋਡਕਸ਼ਨ ਟੀਮ ਇੱਕ ਬਹੁਤ ਵੱਡਾ ਰਿਸਕ ਹੁੰਦਾ, ਅਤੇ ਉਸ ਰਿਸਕ ਨੂੰ ਮਤਲਬ ਕਿੰਨਾ ਕੁ ਖਤਰਾ ਫੀਲ ਕਰਦੇ ਹੋ ਤੁਸੀਂ ਉਸ ਰਿਸਕ 'ਤੇ ਕਿ ਹਾਂ ਇਹ ਫਿਲਮ ਚੱਲੇਗੀ ਜਾਂ ਨਹੀਂ ਚੱਲੇਗੀ, ਇਸ ਨੂੰ ਕਿੰਨਾ ਫੀਲ ਕਰਦੇ? ਦੇਖੋ ਪਹਿਲੇ ਦਿਨ ਤੋਂ ਗੱਲ ਕਲੀਅਰ ਸੀਗੀ ਕਿ ਜੇ ਕਿਸੇ ਦਾ 5-7 crore ਲਵਾਉਂਦੇ ਪਏ, ਹੈ ਨਾ, ਜਿੰਨਾ ਸਾਡੇ ਲਈ ਇੰਪੋਰਟੈਂਟ ਹੈਗਾ ਚੰਗੀ ਫਿਲਮ ਬਣਾਉਂਦਾ ਉਹਦੇ ਲਈ, ਉਹਨਾਂ ਹੀ ਸਾਡੇ ਲਈ ਇੰਪੋਰਟੈਂਟ ਹੁੰਦਾ ਹਮੇਸ਼ਾ ਹੀ ਕਿ ਉਹਦਾ ਪੈਸਾ ਮੁੜਨਾ ਚਾਹੀਦਾ, ਤਾਂ ਉਹ ਪੈਸਾ ਤਾਂ ਹੀ ਮੁੜੂਗਾ ਕਿ ਕਿਉਂਕਿ ਜੇ ਸਿਰਫ ਅਸੀਂ ਉਪਦੇਸ਼ ਦੱਸਣ ਲੱਗ ਜਾਈਏ ਤਾਂ ਕਿਸੇ ਨੇ ਵੇਖਣ ਨਹੀਂ ਆਉਣੀ ਫਿਲਮ, ਤਾਂ ਸਾਡਾ ਸਭ ਤੋਂ ਪਹਿਲਾਂ ਸੀ ਕਿ ਇੱਕ ਇੰਟਰਟੇਨਮੈਂਟ ਵੈਲਿਊ ਨਾਲ ਫਿਲਮ ਬਣਾਈਏ ਕਿ ਲੋਕ ਹੱਸਦੇ ਹੋਏ ਆ, ਹੱਸਦੇ ਜਾਣ, ਅਤੇ ਨਾਲ ਜਿਹੜੀ ਗੱਲ ਕਹਿਣਾ ਚਾਹੁੰਦੇ ਸੀ ਉਹ ਕਹਿ ਦੇ, ਹੈ ਨਾ, ਤਾਂ ਫੁੱਲ ਇੰਟਰਟੇਨਿੰਗ ਹੈ ਫਿਲਮ, ਕਿਤੇ ਪ੍ਰੇਚੀ ਨਹੀਂ ਹੈਗੀ ਅਸੀਂ ਉਪਦੇਸ਼ ਦੇਣ ਲੱਗ ਗਏ ਵੀ ਪਤਾ ਨਹੀਂ ਸਾਡੇ ਤਾਂ ਹਾਲੇ ਨਾ ਤਾਂ ਸਾਡੀ ਐਕਸਪੀਰੀਅੰਸ ਹੁੰਦਾ ਜ਼ਿਆਦਾ, ਨਾ ਸਾਡੀ ਏਜ ਹੁੰਦੀ ਦੋਵਾਂ ਦੀ ਕਿ ਲੋਕ ਕਹਿਣਗੇ ਵੱਡੇ ਮਾਂ ਬੋਲੀ ਸਿਖਾਉਣ ਚੱਲੇ ਸੀਗੇ, ਬਟ ਸਾਨੂੰ ਜਿੱਡਾ ਕੁ ਅਸੀਂ ਸਿੱਖਿਆ, ਜਿੰਨਾ ਕੁ ਐਕਸਪੀਰੀਅੰਸ ਹੈਗਾ, ਅਸੀਂ ਆਪਦੀ ਗੱਲ ਕਹਿ ਗਏ ਹਾਸਿਆਂ ਰਾਹੀਂ ਕਿ ਮਾਂ ਬੋਲੀ ਕਿਉਂ ਇੰਪੋਰਟੈਂਟ ਹੈ। ਕਿਆ ਬਾਤ ਹੈ। ਅਤੇ ਤਰਸੇਮ ਜੱਸਰ ਅਤੇ ਨੀਰੂ ਬਾਜਵਾ ਜੀ ਨੂੰ ਤੁਸੀਂ ਇਸ ਫਿਲਮ ਦੇ ਰਾਹੀਂ ਪੇਸ਼ ਕੀਤਾ, ਅਤੇ ਉਹਨਾਂ ਦੇ ਲਈ ਇਹ ਰੋਲ ਕਿਸ ਤਰ੍ਹਾਂ ਸੂਟ ਕੀਤੇ, ਹੁਣ ਤੁਸੀਂ ਆਪਣੀ ਸਟੋਰੀ ਦੱਸੋ। ਜਦੋਂ ਅਸੀਂ ਸਾਰਾ ਕਨਸੈਪਟ ਡਿਸਕਸ ਕਰ ਲਿਆ, ਹਾਂਜੀ, ਤਾਂ ਸਾਡੇ ਪੂਰੀ ਟੀਮ ਬੈਠੀ ਸੀਗੀ, ਸਭ ਤੋਂ ਪਹਿਲਾਂ ਚਿਹਰਾ ਹੀ ਤਰਸੇਮ ਭਾਅ ਜੀ ਦਾ ਆਇਆ ਇਹਦੇ ਵਾਸਤੇ, ਇਸ ਸਬਜੈਕਟ ਦੇ ਵਾਸਤੇ, ਔਰ ਸਾਡੇ ਵਾਸਤੇ ਇੱਕ ਹੋਰ ਐਕਸਾਈਟਮੈਂਟ ਇਹ ਸੀ ਕਿ ਜੇ ਉਹ ਰੋਲ ਕਰਨਗੇ ਜੀ ਤਾਂ ਇੱਕ ਆਡੀਅੰਸ ਨੂੰ ਬਹੁਤ ਵੱਖਰਾ ਜਿਹਾ ਤਰਸੇਮ ਭਾਅ ਜੀ ਦੀ ਜਿਹੜੀ ਹੈ ਪਰਫੋਰਮੈਂਸ ਦੇਖਣ ਨੂੰ ਮਿਲੂਗੀ। ਔਰ ਨੀਰੂ ਬਾਜਵਾ ਜੀ ਤੋਂ ਵਧੀਆ ਐਕਟਰਸ ਮੇਰੇ ਖਿਆਲ ਤਾਂ ਅੱਜ ਡੇਟ 'ਚ ਹਾਲੇ ਕੋਈ ਹੈ ਨਹੀਂ, ਕੱਲ੍ਹ ਨੂੰ ਕੋਈ ਆ ਜਾਏ ਤਾਂ ਵੱਖਰੀ ਗੱਲ ਹੈ। ਔਰ ਉਹਨਾਂ ਨੇ ਇਸ ਤੋਂ ਪਹਿਲੇ ਮੈਂ ਉਹਨਾਂ ਨਾਲ ਹੀਰ ਰਾਂਝਾ ਕੀਤੀ ਹੋਈ ਸੀ, ਨਰੇਸ਼ ਜੀ ਨੇ ਵੀ ਉਹਨਾਂ ਨਾਲ ਚੰਨੋ ਦੇ ਵਿੱਚ ਕੰਮ ਕੀਤਾ, ਨੋਟੀ ਜੈਟਸ ਕੋਮੇਡੀ ਵਧੀਆ ਕਰਦੇ ਨੇ, ਸੈਡ ਵੀ ਉਹਨਾਂ ਨੇ ਵਧੀਆ ਕੀਤਾ ਹੀ ਸੀਗਾ, ਸ਼ੀ ਇਜ਼ ਵੈਰੀ ਮਤਲਬ ਬੈਸਟ ਪਰਫੋਰਮਰ ਨੇ ਅੱਜ ਦੀ ਡੇਟ ਦੇ ਵਿੱਚ। ਤਰਸੇਮ ਭਾਅ ਜੀ ਦਾ ਇੱਕ ਵੱਖਰਾ ਰੂਪ ਤੁਹਾਨੂੰ ਦੇਖਣ ਨੂੰ ਮਿਲੂਗਾ ਫਿਲਮ ਦੇ ਵਿੱਚ, ਅਸੀਂ ਕਹੋਗੇ ਵਾਕਈ ਬਹੁਤ ਵਰਸੇਟਾਈਲ ਐਕਟਰ ਨੇ। ਕਿਆ ਬਾਤ। ਅਤੇ ਸਰ ਇੱਕ ਹੁਣ ਥੋੜ੍ਹਾ ਜਿਹਾ ਡਿਫਰੈਂਟ ਕੁਐਸਚਨ ਲੈ ਕੇ ਆਉਣਾ ਚਾਹਾਂਗਾ ਕਿ ਤੁਸੀਂ ਦੇਖਿਆ ਹੋਣਾ ਕਿ ਪੰਜਾਬੀ ਇੰਡਸਟਰੀ ਬਹੁਤ ਗਰੋ ਵੀ ਕੀਤੀ ਹੈ, ਹੈ ਨਾ, ਅਤੇ ਵੱਖਰੀਆਂ ਵੱਖਰੀਆਂ ਟੈਕਨੀਕਸ, ਭਾਵੇਂ ਉਹ ਕੈਮਰਾ ਕੁਆਲਿਟੀ ਹੋਏ ਜਾਂ ਫਿਰ ਭਾਵੇਂ ਕਿਸੇ ਦੀ ਐਕਟਿੰਗ ਹੋਏ, ਮਤਲਬ ਬਹੁਤ ਹੀ ਜ਼ਿਆਦਾ ਗਰੋ ਕੀਤੀ ਹੈ, ਲੇਕਿਨ ਉਸ ਗਰੋਥ ਦੇ ਨਾਲ ਨਾਲ ਇੱਕ ਪਾਸੇ ਡਾਊਨਫਾਲ ਵੀ ਆ ਰਿਹਾ ਮੂਵੀਜ਼ ਦੇ ਵਿੱਚ। ਤੁਸੀਂ ਦੇਖਿਆ ਹੋਣਾ ਕਿ ਕਈ ਮੂਵੀਜ਼ ਜਿਨ੍ਹਾਂ 'ਤੇ ਇੰਨਾ ਪੈਸਾ ਲੱਗਦਾ ਲੇਕਿਨ ਉਹ ਹਿੱਟ ਨਹੀਂ ਹੋ ਪਾਉਂਦੀਆਂ, ਇਹ ਹਿੱਟ 'ਤੇ ਕੀ ਇਨਫੈਕਟ ਜਿਹੜਾ ਆਪਣਾ ਪ੍ਰੋਫਿਟ ਹੈ ਉਹ ਹੀ ਨਹੀਂ ਕਵਰ ਕਰ ਪਾਉਂਦੀਆਂ, ਅਤੇ ਉਹਦੇ ਵਾਸਤੇ ਤੁਹਾਨੂੰ ਮਤਲਬ ਕੀ ਲੱਗਦਾ ਐਜ਼ ਅ ਪ੍ਰੋਡਕਸ਼ਨ ਟੀਮ ਵੀ ਕੀ ਰੀਜ਼ਨਸ ਹੋ ਸਕਦੇ ਆ ਉਹਦੇ ਪਿੱਛੇ? ਦੇਖੋ ਜੀ, ਜਦੋਂ ਫਿਲਮ ਸਿਰਫ ਇਸ ਕਰਕੇ ਬਣਾਈ ਜਾਵੇ ਨਾ ਕਿ ਆਪਾਂ ਪੈਸਾ ਕਮਾਉਣਾ, ਜਦੋਂ ਆਪਾਂ ਇੱਧਰ ਉੱਧਰੋਂ ਸੁਣ ਲੈਂਦੇ ਹਾਂ ਵੀ 5 crore ਲਾਓ 30 crore ਆ ਜਾਂਦਾ, ਉਸ ਰੇਸ ਦੇ ਪਿੱਛੇ ਪੈ ਕੇ ਤਾਂ ਅਸੀਂ ਫਿਲਮ ਬਣਾਉਂਦੇ ਹਾਂ ਨਾ, ਫਿਰ ਉਹੀ ਹਾਲ ਹੋਣਾ ਜਿਵੇਂ ਅਸੀਂ ਪਹਿਲੇ ਗੱਲ ਕੀਤੀ ਕਿ ਸਾਡੀ ਆਦਤ ਹੈ ਜਿਹੜੇ ਕੰਮ ਦੇ ਪਿੱਛੇ ਪੈ ਜਾਓ ਉਹਨੂੰ ਖਤਮ ਕਰਕੇ ਹਟਦੇ ਹਾਂ। ਚੰਗੀਆਂ ਫਿਲਮਾਂ ਜੇ ਤੁਸੀਂ ਦੇਖੋ, ਜਦੋਂ ਕਮੇਡੀ 'ਚ ਵੀ ਪਹਿਲੇ ਜਿਹਨੇ ਕਹਿੰਦੇ ਸੀ ਆਪਾਂ ਕਮੇਡੀ ਬਹੁਤ ਬਣਦੀਆਂ ਨੇ, ਆਪਾਂ ਕਹਿੰਦੇ ਕਮੇਡੀ ਚੱਲਦੀ, ਕੋਈ ਮਾੜੀ ਕਮੇਡੀ ਦਿਖਾ ਦਿਓ ਜਿਹੜੀ ਚੱਲੀ ਹੋਊਗੀ, ਸ਼ਾਇਦ ਹੀ ਕੋਈ ਹੋਵੇ ਜੀ। ਮੀਨਿੰਗਫੁਲ ਕੋਮੇਡੀ ਵੀ ਮੀਨਿੰਗਫੁਲ ਹੀ ਚੱਲੀ ਹੈ, ਸਾਨੂੰ ਵਹਿਮ ਹੋ ਜਾਂਦਾ ਜਦੋਂ ਨਵੇਂ ਪ੍ਰੋਡਿਊਸਰ ਨੇ ਕਈ ਵਾਰੀ ਸਾਡੇ ਫਿਲਮ ਲਾਈਨ ਵਾਲੇ ਨਵੇਂ ਮੇਕਰ ਮਿਸਗਾਈਡ ਕਰ ਦਿੰਦੇ ਨੇ, ਹੁਣ ਜੇ ਕੁਛ ਹੋਊਗਾ ਨਹੀਂ ਤੁਸੀਂ ਕਮੇਡੀ ਦੇ ਨਾਮ 'ਤੇ ਜਸਟ ਜੋਕ ਜੇ ਸੁਣਾ ਕੇ ਫਿਲਮ ਚਲਾਉਣਾ ਚਾਹੋ, ਪੈਸੇ ਕਮਾਉਣਾ ਚਾਹੋ, ਤਾਂ ਉਹਨਾਂ ਦਾ ਹਾਲ ਮਾੜਾ ਹੀ ਹੋਣਾ। ਚੰਗੀ ਫਿਲਮ ਕਿਸਮਤ ਸੀਗੀ ਉਹਦੇ 'ਚ ਬਿਲਕੁਲ ਕੋਮੇਡੀ ਨਹੀਂ, ਮਤਲਬ ਇਹ ਨਹੀਂ ਸੀ ਨਾ ਕੋਮੇਡੀ ਫਿਲਮ, ਹਾਂਜੀ ਹਾਂਜੀ, ਪਰ ਬਹੁਤ ਵਧੀਆ ਚੱਲੀ, ਹੈ ਨਾ, ਬਿਲਕੁਲ। ਤਾਂ ਚੰਗੀ ਫਿਲਮ ਬਣਾਓਗੇ ਪਹਿਲਾਂ ਨੀਅਤ ਸਾਫ਼ ਹੋਣੀ ਚਾਹੀਦੀ ਹੈ ਕਿ ਅਸੀਂ ਫਿਲਮ ਬਣਾ ਰਹੇ ਹਾਂ, ਇੱਕ ਅੱਛੀ ਫਿਲਮ ਬਣਾ ਰਹੇ ਹਾਂ, ਜਿਹੜੀ ਸਕਸੈਸ ਹੈ ਉਹ ਉਹਦੇ ਹੱਥ 'ਚ ਹੈ। ਕਿਆ ਬਾਤ। ਤੁਹਾਨੂੰ ਲੱਗਦਾ ਕਿ ਜਿਵੇਂ ਪੰਜਾਬੀ ਇੰਡਸਟਰੀ ਦੀ ਰੀੜ ਦੀ ਹੱਡੀ ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਹੜੇ ਸਾਡੇ ਕੁਛ ਚੁਣਿੰਦਾ ਆਰਟਿਸਟ ਹੈਗੇ ਨੇ, ਐਕਟਰਸ ਨੇ, ਉਹਨਾਂ ਨੂੰ ਮਤਲਬ ਮੂਵੀ ਉਹਨਾਂ ਨੂੰ ਲੈ ਕੇ ਮੂਵੀ ਬਣਾਉਣਾ ਇੱਕ ਆਪ ਦੇ ਵਿੱਚ ਹੀ ਐਡਵਾਂਟੇਜ ਮਿਲ ਜਾਂਦੀ ਹੈ। ਜਿਵੇਂ ਨੀਰੂ ਬਾਜਵਾ ਜੀ ਦੀ ਤੁਸੀਂ ਗੱਲ ਕੀਤੀ, ਤੁਸੀਂ ਕਿਹਾ ਵੀ ਸ਼ਾਇਦ ਹੀ ਉਹਨਾਂ ਤੋਂ ਬਾਅਦ ਕੋਈ ਐਕਟਰ ਵਧੀਆ ਐਕਟਰਸ ਵਧੀਆ, ਕਿਉਂਕਿ ਉਹਨਾਂ ਨੂੰ ਐਕਸਪੀਰੀਅੰਸ ਇੰਨਾ ਹੋ ਚੁੱਕਾ। ਅਤੇ ਤੁਹਾਡੇ ਹਿਸਾਬ ਨਾਲ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀ ਟਿਪਸ ਆਉਣ ਵਾਲੇ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਚਾਹੀਦੀ ਹੈ ਤਾਂ ਕਿ ਉਹ ਵੀ ਇਸ ਲੈਵਲ ਤੱਕ ਸਕਸੀਡ ਕਰ ਸਕਣ? ਅਸੀਂ ਤਾਂ ਹਲੇ ਆਪ ਯੰਗ, ਇਹ ਤਾਂ ਰਿਟਾਇਰ ਬੰਦੇ ਦੇ ਸਕਦੇ ਟਿਪਸ, ਅਸੀਂ ਤਾਂ ਆਪ ਇਹ ਟਿਪਸ ਲੈ ਰਹੇ ਹਾਂ, ਸਿੱਖ ਰਹੇ ਹਾਂ, ਅਸੀਂ ਤਾਂ ਆਪ ਵਾਲੇ ਸਿਰ 'ਤੇ ਬਹਿ ਕਿਸੇ ਨੂੰ। ਕਿਆ ਬਾਤ ਹੈ। ਅਤੇ ਕੰਕਲੂਡ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੀ ਆਡੀਅੰਸ ਨੂੰ ਊੜਾ ਐੜਾ ਵਾਸਤੇ ਅਪੀਲ ਜ਼ਰੂਰ ਕਰ, ਰਿਕੁਐਸਟ ਕਰਾਂਗੇ ਜੀ ਅਸੀਂ, ਹੈ ਨਾ, ਹੱਥ ਬਣ ਕੇ ਬੇਨਤੀ ਕਰਾਂਗੇ, ਅਪੀਲ ਕਰਾਂਗੇ ਕਿ ਸੱਚੀ ਸਾਡੇ ਜਿਹੜੇ
ਰੂਪਾਲੀ ਗੁਪਤਾ ਜੀ, ਦੀਪਕ ਗੁਪਤਾ ਜੀ, ਨਰੇਸ਼ ਕਥੂਰੀਆ ਜੀ, ਮੈਂ, ਸਾਡੀ ਬਹੁਤ ਮਿਹਨਤ ਲੱਗੀ ਔਰ ਸਾਡੇ ਐਕਟਰਸ ਨੇ ਵਿਚਾਰਿਆਂ ਨੇ ਬਹੁਤ ਗਰਮੀ 'ਚ ਕੰਮ ਕੀਤਾ। ਤਰਸੇਮ ਭਾਅ ਜੀ ਨੇ ਕਈ ਆਪਣੇ ਸ਼ੋਅ ਛੱਡੇ ਨੇ ਕਿਉਂਕਿ ਪੰਜਾਬੀ ਮਾਂ ਬੋਲੀ ਦੇ ਉੱਤੇ ਫਿਲਮ ਬਣ ਰਹੀ ਹੈ। ਸਾਰਿਆਂ ਦਾ ਬਹੁਤ ਸਹਿਯੋਗ ਰਿਹਾ, ਅਸੀਂ ਇਹੀ ਰਿਕੁਐਸਟ ਕਰਾਂਗੇ ਕਿ ਫਿਲਮ ਤੁਹਾਨੂੰ ਜਿਵੇਂ ਸਾਡੀਆਂ ਪਿਛਲੀਆਂ ਫਿਲਮਾਂ ਐਂਟਰਟੇਨ ਕਰਦੀਆਂ ਆਈਆਂ ਉਸ ਤੋਂ ਜ਼ਿਆਦਾ ਐਂਟਰਟੇਨ ਕਰੂਗੀ। ਬਟ ਇੱਕ ਬਹੁਤ ਹੀ ਸੋਹਣਾ ਮੈਸੇਜ ਹੈ ਜਿਹੜੇ ਆਪਾਂ ਗੱਲਾਂ ਤਾਂ ਬਹੁਤ ਕਰਦੇ ਹਾਂ ਨਾ ਪੰਜਾਬੀ ਮਾਂ ਬੋਲੀ ਨੂੰ, ਹੈ ਉਹ ਇਹ ਫਿਲਮ ਦੇ ਵਿੱਚ ਅਸੀਂ ਬਹੁਤ ਇੱਕ ਵਧੀਆ ਤਰੀਕੇ ਨਾਲ ਮੈਸੇਜ ਦਿੱਤਾ ਹੈ ਜਿਹੜਾ ਕਿ ਅੱਜ ਦੇ ਬੱਚਿਆਂ ਨੂੰ ਇੱਕ ਜੋ ਮਾਂ ਪਿਓ ਦੇਣਾ ਦਿੰਦੇ ਨੇ ਉਹੀ ਅਸੀਂ ਫਿਲਮ ਦੇ ਵਿੱਚ ਵੀ ਦਿੱਤਾ ਹੈਗਾ। ਔਰ ਪੇਰੈਂਟਸ ਦੀ ਵੀ ਇੱਕ ਜ਼ਿੰਮੇਵਾਰੀ, ਮੈਂ ਕਹੂੰਗਾ ਕਿ ਫਿਲਮ ਇਸ ਕਰਕੇ ਨਹੀਂ ਕਿ ਅਸੀਂ ਬਣਾਈ ਹੈ, ਸੀਰੀਅਸਲੀ ਇੱਕ ਫਰਜ਼ ਸਮਝ ਕੇ ਦੇਖਿਓ ਤੁਸੀਂ ਨਾਰਾਜ਼ ਨਹੀਂ ਹੋਣਾ। ਅਤੇ ਜੀ ਜਿੱਦਾਂ ਕਿ ਸਰ ਨੇ ਕਿਹਾ, ਸਰ ਤੁਹਾਡਾ ਵੀ ਕਾਪੀ ਪੇਸਟ ਬਿਲਕੁਲ, ਕਿਉਂਕਿ ਦੇਖੋ ਬੌਂਡ ਇੰਨਾ ਵਧੀਆ ਤੇ ਓਬਵੀਅਸਲੀ ਥਿੰਕਿੰਗ ਵੀ ਮਿਲਦੀ ਹੈ ਜਿਵੇਂ ਬੁਡਾਲੀ ਸਾਹਿਬ ਦੀ ਜੋੜੀ ਨਾ। ਹਾਂਜੀ ਹਾਂਜੀ, ਪਿਆਰੇ ਲਾਲ ਜੀ ਨੇ ਇੱਥੋਂ ਚਕਲੋਸ। ਤਾਂ ਜੀ ਜਿੱਦਾਂ ਕਿ ਸਰ ਨੇ ਹੁਣੇ ਦੱਸਿਆ ਕਿ ਇੱਕ ਡਿਫਰੈਂਟ ਕਨਸੈਪਟ ਜਿਹੜਾ ਕਿ ਤੁਹਾਨੂੰ ਐਂਟਰਟੇਨ ਵੀ ਕਰੇਗਾ ਲੇਕਿਨ ਮੈਸੇਜ ਵੀ ਦਿੰਦਾ ਜਾਏਗਾ, ਅਤੇ ਪੰਜਾਬੀ ਆਡੀਅੰਸ ਅਤੇ ਬਾਕੀ ਆਡੀਅੰਸ ਜਿੰਨੀ ਵੀ ਇਹ ਫਿਲਮ ਦੇਖੇਗੀ ਉਹਨਾਂ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਆ ਕੇ ਇਸ ਫਿਲਮ ਨੂੰ ਦੇਖਣ, ਕਨਸੈਪਟ ਨੂੰ ਸਮਝਣ ਅਤੇ ਆਪਣੀ ਫੀਡਬੈਕ ਜ਼ਰੂਰ ਦੇਣ। ਅਤੇ 1 ਫਰਵਰੀ ਨੂੰ ਮੂਵੀ ਰਿਲੀਜ਼ ਹੋ ਰਹੀ ਹੈ ਉੜੈੜਾ, ਬਹੁਤ ਹੀ ਜਲਦ ਮਿਲਦਾ ਤੁਹਾਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ, ਅਤੇ ਜਾਣਾਂਗੇ ਤੁਹਾਡਾ ਇਸ ਫਿਲਮ ਦੇ ਬਾਰੇ ਕੀ ਕਹਿਣਾ। ਮੈਂ ਵਰੁਣ ਸ਼ਰਮਾ ਹੁਣ ਤੁਹਾਡੇ ਕੋਲੋਂ ਵਿਦਾ ਲੈਣ ਜਾ ਰਿਹਾ, ਬਹੁਤ ਹੀ ਜਲਦ ਮਿਲਦਾ ਹੈ ਅਗਲੀ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।